ਡਿਪਟੀ ਸੀਐਮ ਮਨੀਸ਼ ਸਿਸੋਦੀਆ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਸੀਐਮ ਭਗਵੰਤ ਮਾਨ ਅਤੇ ਕੇਜਰੀਵਾਲ ਜੀ ਕੀ ਕਹਿ ਰਹੇ ਆ, ਆਓ ਦੇਖਦੇ ਹਾਂ। ਮਨੀਸ਼ ਸਿਸੋਦੀਆ ਜੀ ਕੋ ਆਜ ਇੱਕ ਪੂਰੀ ਤਰ੍ਹਾਂ ਸੇ ਫਰਜ਼ੀ ਔਰ ਝੂਠੇ ਕੇਸ ਮੇ ਫਸਾ ਕੇ ਉਨਕੋ ਗ੍ਰਿਫਤਾਰ ਕੀਆ ਗਿਆ ਹੈ। ਮਨੀਸ਼ ਜੀ ਇੱਕ ਇਮਾਨਦਾਰ ਦੇਸ਼ ਭਗਤ ਔਰ ਸਾਹਸੀ ਵਿਅਕਤੀ ਹੈ ਜੋ 24 ਘੰਟੇ ਦੇਸ਼ ਕੀ ਸੇਵਾ ਮੇ ਲਗੇ ਰਹਤੇ ਹੈ। ਪੂਰਾ ਦੇਸ਼ ਦੇਖ ਰਹਾ ਹੈ ਕਿ ਕਿਸ ਤਰ੍ਹਾਂ ਸੇ ਉਨ੍ਹੋਂਨੇ ਗਰੀਬੋਂ ਕੇ ਬੱਚੋਂ ਕੋ ਅੱਛਾ ਭਵਿਸ਼ਯ ਦੇਣੇ ਕੇ ਲੀਏ ਉਨ੍ਹੇ ਅੱਛੀ ਸ਼ਿਕਸ਼ਾ ਦੇਣਾ ਸ਼ੁਰੂ ਕੀਆ ਥਾ। ਪਿਛਲੇ 75 ਸਾਲ ਮੇ ਸ਼ਾਇਦ ਇਹ ਪਹਿਲਾ ਸ਼ਖਸ ਹੈ ਜਿਸਨੇ ਹਰ ਗਰੀਬ ਕੇ ਘਰ ਮੇ ਇੱਕ ਉਮੀਦ ਜਤਾਈ ਥੀ। ਰਿਕਸ਼ੇ ਵਾਲਾ, ਮਜ਼ਦੂਰ, ਕਿਸਾਨ, ਗਰੀਬ ਆਦਮੀ ਕਿ ਉਸਕਾ ਬੱਚਾ ਵੀ ਬੜਾ ਹੋ ਕੇ ਉਸਕੋ ਅੱਛਾ ਭਵਿਸ਼ਯ ਮਿਲ ਸਕਤਾ ਹੈ। ਸਰਕਾਰੀ ਸਕੂਲੋਂ ਕਾ ਕਾਇਆ ਕਲਪ ਕੀਆ ਥਾ। ਇੱਕ ਸ਼ਰੀਫ ਆਦਮੀ ਹੈ ਮਨੀਸ਼, ਉਨਕੋ ਆਜ ਉਨ੍ਹੋਂਨੇ ਗ੍ਰਿਫਤਾਰ ਕਰ ਲਿਆ। ਤੋ ਹਮ ਦੇਖ ਰਹੇ ਹੈ ਕਿਸ ਤਰ੍ਹਾਂ ਸੇ ਪੂਰੇ ਦੇਸ਼ ਕੇ ਅੰਦਰ ਸ਼ਰੀਫੋਂ ਕੋ, ਦੇਸ਼ ਭਗਤੋਂ ਕੋ, ਅੱਛੇ ਲੋਗੋਂ ਕੋ, ਇਮਾਨਦਾਰ ਲੋਗੋਂ ਕੋ ਤੋ ਪਕੜ ਪਕੜ ਕੇ ਜੇਲ੍ਹ ਮੇ ਡਾਲ ਰਹੇ ਹੈ। ਔਰ ਜੋ ਜਿਨ ਲੋਗੋਂ ਨੇ ਅਰਬੋਂ ਖਰਬੋਂ ਰੁਪਏ ਲੂਟ ਲੀਏ ਬੈਂਕੋਂ ਕੇ ਔਰ ਇਨਕੇ, ਵੋ ਇਨਕੇ ਦੋਸਤ ਹੈ, ਉਨਕੇ ਖਿਲਾਫ ਕੋਈ ਐਕਸ਼ਨ ਨਹੀਂ ਹੋਤਾ, ਵੋ ਖੁੱਲ੍ਹੇਆਮ ਘੁੰਮ ਰਹੇ ਹੈ। ਉਨਕੋ ਨੋਟਿਸ ਦੇਣੇ ਕੀ ਵੀ ਹਿੰਮਤ ਨਹੀਂ ਹੈ ਲੋਗੋਂ ਕੀ, ਕਿਉਂਕਿ ਵੋ ਇਨਕੇ ਦੋਸਤ ਹੈ। ਪੂਰਾ ਦੇਸ਼ ਦੇਖ ਰਹਾ ਹੈ, ਲੋਕ ਦੇਖ ਰਹੇ ਹੈ ਔਰ ਲੋਕ ਹੀ ਇਸਕਾ ਜਵਾਬ ਦੇਂਗੇ। ਮੈਂ ਔਰ ਮਾਨ ਸਾਹਿਬ ਅਭੀ ਉਨਕੀ ਵਾਈਫ ਸੇ ਮਿਲ ਕੇ ਆ ਰਹੇ ਹੈਂ। ਉਨਕੀ ਵਾਈਫ ਕੋ ਕਾਫੀ ਸੀਰੀਅਸ ਬਿਮਾਰੀ ਹੈ, ਮਲਟੀਪਲ ਸਕਲੇਰੋਸਿਸ, ਜਿਸ ਮੇ ਬ੍ਰੇਨ ਜੋ ਹੈ ਵੋ ਧੀਰੇ ਧੀਰੇ ਬ੍ਰੇਨ ਕਾ ਕੰਟਰੋਲ ਬਾਡੀ ਕੇ ਉੱਪਰ ਖਤਮ ਹੋਤਾ ਜਾਤਾ ਹੈ। ਮਨੀਸ਼ ਕੇ ਜੋ ਬੇਟੇ ਹੈ ਵੋ ਅਭੀ ਬਾਹਰ ਪੜ ਰਹੇ ਹੈ ਤੋ ਉਨਕੇ ਘਰ ਮੇ ਅਕੇਲੀ ਹੈ ਵੋ, ਔਰ ਮਨੀਸ਼ ਜੀ ਉਨਕਾ ਖਿਆਲ ਰੱਖਾ ਕਰਤੇ ਥੇ, ਪਰ ਹਮਨੇ ਉਨਕੋ ਸਾਂਤਵਨਾ ਦੀ ਹੈ ਕਿ ਚਿੰਤਾ ਕਰਨੇ ਕੀ ਬਾਤ ਨਹੀਂ ਹੈ, ਆਪਕੇ ਪਤੀ ਬਹੁਤ ਸਾਹਸੀ ਹੈ, ਦੇਸ਼ ਕੇ ਲਈ ਲੜ ਰਹੇ ਹੈ, ਦੇਸ਼ ਕੋ ਪੂਰੇ ਦੇਸ਼ ਕੋ ਮਨੀਸ਼ ਜੀ ਕੇ ਉੱਪਰ ਗਰਵ ਹੈ ਔਰ ਹਮ ਸਭ ਇੱਕ ਪਰਿਵਾਰ ਕੀ ਤਰ੍ਹਾਂ ਹੈ ਔਰ ਸਭ ਉਨਕਾ ਖਿਆਲ ਰੱਖੇਂਗੇ। ਦੇਸ਼ ਕੇ ਇੱਕ ਕ੍ਰਾਂਤੀਕਾਰੀ ਸ਼ਿਕਸ਼ਾ ਮੰਤਰੀ ਕੇ ਤੌਰ ਪਰ ਜਾਣੇ ਜਾਤੇ ਔਰ ਆਪ ਹੀ ਕੇ ਭਾਈਚਾਰੇ ਸੇ ਇੱਕ ਪੱਤਰਕਾਰ ਹੋਤੇ ਹੋਏ ਆਪਣਾ ਸਾਰਾ ਕੈਰੀਅਰ ਛੋੜ ਕਰ ਆਮ ਆਦਮੀ ਪਾਰਟੀ ਕੇ ਫਾਊਂਡਰ ਮੈਂਬਰ ਮਨੀਸ਼ ਸਿਸੋਦੀਆ ਜੀ ਕੋ ਅੱਜ ਇਹਨੋਨੇ ਇੱਕ ਝੂਠੇ ਕੇਸ ਮੇ ਗ੍ਰਿਫਤਾਰ ਕੀਆ ਹੈ। ਮੈਂ ਕਹੂੰਗਾ ਜੀ ਮਨੀਸ਼ ਸਿਸੋਦੀਆ ਕੀ ਗ੍ਰਿਫਤਾਰੀ ਨਹੀਂ ਹੈ, ਲੱਖੋਂ ਬੱਚੋਂ ਕੇ ਭਵਿਸ਼ਯ ਕੀ ਔਰ ਉਨਕੀ ਉੱਚ ਸਿਕਸ਼ਾ ਕੀ ਅਵਮਾਨਨਾ ਹੈ, ਕਿਉਂਕਿ ਸਕੂਲੋਂ ਮੇ ਅਕਸਰ ਲਿਖਾ ਰਹਿਤਾ ਹੈ ਅਗਰ ਆਪ ਛੋਟੋਂ ਕੇ ਲੀਏ ਸਕੂਲ ਬਣਾ ਦੋਗੇ ਤੋ ਬੜੋਂ ਕੇ ਲੀਏ ਜੇਲ੍ਹ ਬਣਾਉਣੇ ਨਹੀਂ ਪੜੇਂਗੇ। ਲੇਕਿਨ ਸਕੂਲ ਬਣਾਉਣੇ ਵਾਲੇ ਕੋ ਜੇਲ੍ਹ ਭੇਜਣਾ ਇਹ ਸਿਰਫ ਬੀਜੇਪੀ ਕਾ ਏਜੰਡਾ ਹੀ ਹੋ ਸਕਦਾ ਹੈ। ਵੋ ਨਹੀਂ ਚਾਹਤੇ ਕਿ ਦੇਸ਼ ਸ਼ਿਕਸ਼ਿਤ ਹੋ, ਵੋ ਨਹੀਂ ਚਾਹਤੇ ਕਿ ਦੇਸ਼ ਕੇ ਲੋਕ ਯੁਵਾ ਉੱਚ ਸਤਰੀਯ ਜੋ ਸ਼ਿਕਸ਼ਾ ਹੈ ਵੋ ਦੇਸ਼ ਮੇ ਹੀ ਲੇ, ਕਿਉਂਕਿ ਉਨਕੋ ਪਤਾ ਹੈ ਕਿ ਅਗਰ ਵੋ ਪੜ ਗਏ ਵੋ ਸੋਚਣੇ ਲਗੇਂਗੇ, ਸੋਚਣੇ ਲਗੇਂਗੇ ਤੋ ਜੋ ਹਮਾਰਾ ਨਫ਼ਰਤ ਕਾ ਏਜੰਡਾ ਹੈ ਉਸਕੋ ਸਮਝਣੇ ਲਗੇਂਗੇ, ਫਿਰ ਹਮੇਂ ਵੋਟ ਕੌਣ ਡਾਲੇਗਾ। ਇਸ ਲਈ ਆਜ ਜੋ ਮਨੀਸ਼ ਸਿਸੋਦੀਆ ਜੀ ਕੋ ਸੀਬੀਆਈ ਨੇ ਗ੍ਰਿਫਤਾਰ ਕੀਆ ਹੈ ਝੂਠੇ ਕੇਸ ਮੇ, ਸਖ਼ਤ ਸ਼ਬਦੋਂ ਮੇ ਨਿੰਦਾ ਕਰਤੇ ਹੈ ਹਮ। ਔਰ ਇਹ ਅਕੇਲਾ ਮਨੀਸ਼ ਜੀ ਕੋ ਨਹੀਂ, ਪੂਰੇ ਦੇਸ਼ ਮੇ ਕੋਈ ਵੀ ਦੇਸ਼ ਕੇ ਲੀਏ ਬੋਲੇਗਾ, ਕੋਈ ਵੀ ਇਨਕੇ ਖਿਲਾਫ਼ ਤੋ ਅਗਰ ਇੱਕ ਕੋਈ ਕਿਸੀ ਕੋਮੇਡੀਅਨ ਨੇ ਕਮੈਂਟ ਕਰ ਦਿਆ ਤਾਂ ਉਸਕੋ ਵੀ ਪਕੜ ਲਿਆ ਥਾ। ਤੋ ਮਤਲਬ ਇਹ ਨਹੀਂ ਚਾਹਤੇ ਕਿ ਹਮਾਰੀ ਮਰਜ਼ੀ ਕੇ ਬਿਨਾਂ ਕੁਛ ਹੋ, ਲੋਕਤੰਤਰ ਮੇ ਐਸਾ ਸੰਭਵ ਨਹੀਂ ਹੈ। ਹਮਾਰਾ ਦੇਸ਼ ਇੱਕ ਗੁਲਦਸਤਾ ਹੈ, ਤਰ੍ਹਾਂ ਤਰ੍ਹਾਂ ਕੇ ਫੂਲ ਹੈ, ਹਰ ਫੂਲ ਕਾ ਆਪਣਾ ਰੰਗ ਹੈ, ਹਰ ਫੂਲ ਕੀ ਆਪਣੀ ਖੁਸ਼ਬੂ ਹੈ। ਲੇਕਿਨ ਐਸਾ ਕਰਕੇ ਬੀਜੇਪੀ ਜੋ ਹੈ ਵੋ ਡਰਾਉਣਾ ਚਾਹਤੀ ਹੈ, ਹਮਾਰੀ ਟੀਮ ਕੋ ਤੋੜਨਾ ਚਾਹਤੀ ਹੈ ਕਿ ਇਹ ਇਨਕੀ ਟੀਮ ਆਮ ਆਦਮੀ ਪਾਰਟੀ ਕੀ ਬਹੁਤ ਅੱਛੀ ਬਣ ਗਈ ਹੈ, ਇਹ ਗੁਜਰਾਤ ਮੇ ਵੀ ਗਏ ਵਹਾਂ 13% ਵੋਟ ਲੈ ਕੇ ਆਏ, ਇਹ ਪੂਰੇ ਦੇਸ਼ ਮੇ ਜਾਤੇ ਹੈ ਔਰ ਹਮਾਰੇ ਬਾਰੇ ਮੇ ਬੋਲਤੇ ਹੈ। ਅੰਦਰ ਕਿਸ ਕੋ ਹੋਣਾ ਚਾਹੀਏ ਥਾ, ਅੰਦਰ ਹੋਣਾ ਚਾਹੀਏ ਥਾ ਜੋ LIC ਖਾ ਗਏ, ਜੋ ਬੈਂਕੋਂ ਕਾ ਪੈਸਾ ਖਾ ਗਏ, ਜਿਨਕੇ ਬਾਰੇ ਮੇ ਪੂਰੀ ਦੁਨੀਆ ਮੇ ਚਰਚਾ ਹੋ ਰਹੀ ਹੈ, ਅੰਦਰ ਉਨਕੋ ਜਾਣਾ ਚਾਹੀਏ ਥਾ। ਲੇਕਿਨ ਵੋ ਖੁੱਲ੍ਹੇ ਮੇ ਘੂਮ ਰਹੇ ਹੈ ਔਰ ਜਹਾਜ਼ੋਂ ਮੇ
जो है वो ट्रैवल कर रहे हैं, और देश में स्कूल खोलने वालों को, और दिल्ली का बजट 24,000 करोड़ से 72,000-75,000 करोड़ तक लेके जाने वालों को, देश की दिल्ली की तरक्की कराने वालों को कह रहे जेल में भेजेंगे। तो ये बहुत ही कायरतापूर्ण कदम है। आम आदमी पार्टी डरने वाली नहीं है। हमारी पार्टी एंटी करप्शन मूवमेंट से निकली है, रामलीला ग्राउंड से निकली है। हम किसी और पार्टी से निकाले हुए या छोड़कर आए हुए वो वैसे पॉलिटिशियनों की पार्टी नहीं है। हम लोग अलग अलग फील्ड से आए हैं। अरविंद केजरीवाल जी एक इनकम टैक्स कमिश्नर थे, मनीष जी बहुत बड़े पत्रकार थे, मैं एक फेमस आर्टिस्ट था, कोई वकील था, कोई हम में से कोई टीचर था, तो कोई सोशल वर्कर था। तो आम आदमी पार्टी में हर समाज का हर वर्ग है, तो इसका ज़बरदस्त हम विरोध भी करेंगे, लेकिन डरा लें जितना इन्होंने डराना है, बाज उतना ही ऊपर उड़ता है जितनी हवा उसके विरुद्ध होती है। दो चीजें बीजेपी कह रही है सर, विक्टिम शानी को कहने, मिस्टर केजरीवाल, बीजेपी इज सेइंग दैट यू आर प्लेइंग